ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਸੰਧੂ ਫਾਰਮਿੰਗ ਫਾਰਮਿੰਗ ਦੇ ਦੇ ਵਿੱਚ। ਅੱਜ ਪਹੁੰਚਿਆ ਦੋਸਤੋ ਪਿੰਡ ਡਾਲੇਕੇ, ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ੍ਰੀ ਤਰਨ ਤਾਰਨ ਸਾਹਿਬ ਲੱਗਦਾ ਵੀਰ ਦੀਪ, ਇਹਦੇ ਕੋਲ ਆਇਆ ਦੋਸਤੋ। ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ, ਪਸ਼ੂ ਵਪਾਰ ਦਾ ਕਿੱਤਾ ਵੀਰ ਦਾ ਪਸ਼ੂ ਲੈ ਕੇ ਆਉਂਦਾ, ਇਸੇ ਤਰ੍ਹਾਂ ਵਿਕਰੀ ਵਾਲੇ। ਅੱਜ ਉਸ ਵੀਡੀਓ ਦੇ ਵਿੱਚ ਚਾਰ ਨਗ ਦੋਸਤੋ ਤੁਹਾਨੂੰ ਦਿਖਾਉਣੇ ਆ, ਦੋ ਵਹਿੜਾਂ ਤੇ ਦੋ ਮੱਝਾਂ ਦਿਖਾ ਦਾਂਗੇ। ਇੱਕ ਵਹਿੜ ਇੱਕ ਝੋਟੀ ਦੋਸਤੋ ਗੱਭਣ ਆ ਗਾ, ਤਿਆਰੀ ਵਾਲੀ ਆ, ਸੱਜਰ ਸੂਣਾ, ਉਹਨਾਂ ਦੋ ਪਸ਼ੂਆਂ ਨੇ। ਇੱਕ ਤੋਕੜ ਵਹਿੜ ਦਿਖਾਵਾਂਗੇ ਦੋਸਤੋ, ਤੇ ਇੱਕ ਉੱਚੇ ਬੱਚੇ ਦੇ ਵਿੱਚ ਨੀਲੀ ਦੀ ਮੱਝ ਦਿਖਾਵਾਂਗੇ। ਇਹ ਚਾਰ ਜਿਹੜੇ ਦੋਸਤੋ ਨਾਗ ਆ, ਟੋਟਲ ਚਾਰ ਪਸ਼ੂ ਆ। ਚੌਂ ਨਗਾਂ ਦੀ ਡਿਟੇਲ ਆਪਾਂ ਵੀਰ ਦੀਪੇ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ। ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਆ, ਪੂਰੀ ਜਾਣਕਾਰੀ ਆ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ। ਸੋ ਦੋਸਤੋ, ਬਾਕੀ ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਜੋ ਅੱਗੇ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ। ਸੋ ਪਿੰਡ ਡਾਲੇਕੇ ਤੁਸੀਂ ਵਿਜਿਟ ਕਰਨੀ ਆ ਦੋਸਤੋ, ਮਾਨੋ ਚੱਲ ਪਿੰਡ ਬਿਲਕੁਲ ਲਾਗੇ ਆ। ਸੋ 9-10 ਕਿਲੋਮੀਟਰ ਦੀ ਦੂਰੀ ਤਰਨ ਤਾਰਨ ਸਾਹਿਬ ਤੋਂ ਦੋਸਤੋ ਪਿੰਡ ਡਾਲੇਕੇ ਦੀ ਆ। ਤਰਨ ਤਾਰਨ ਸਾਹਿਬ ਤੋਂ ਜਿਹੜੀ ਸੜਕ ਦਿਆਲਪੁਰਾ ਭਿੱਖੀ ਵਿੜ ਨੂੰ ਜਾਂਦੀ ਆ, ਇਸੇ ਸੜਕ ਦੇ ਉੱਪਰ ਪਿੰਡ ਡਾਲੇਕੇ ਆਉਂਦਾ। ਮਾਨੋਚਾਲ ਸ਼ਿਵਾਜਪੁਰ ਵੀ ਇਸੇ ਸੜਕ ਦੇ ਉੱਪਰ ਹੀ ਆ। ਆਓ ਲੈਂਦੇ ਹਾਂ ਵਧੇਰੇ ਡਿਟੇਲ, ਕਰਦੇ ਹਾਂ ਗੱਲਬਾਤ ਵੀਰ ਦੀਪੇ ਦੇ ਨਾਲ। ਸਭ ਤੋਂ ਪਹਿਲਾਂ ਵੀਰ ਦੀਪੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸੰਧੂ ਸਾਹਿਬ, ਹੋਰ ਕੀ ਹਾਲ ਜੀ? ਬੜੇ ਵਧੀਆ ਦੀਪੇ ਭਾਈ, ਠੀਕ ਠਾਕ ਜੀ? ਠੀਕ ਠਾਕ ਜੀ, ਬਹੁਤ ਵਧੀਆ ਵੀਰ ਜੀ, ਠੀਕ ਠਾਕ ਵਧੀਆ ਚਾਹੀਦਾ। ਹਾਂਜੀ ਹਾਂਜੀ। ਅੱਛਾ ਦੀਪੇ, ਕਿਵੇਂ ਚੱਲਦਾ ਪਿਆ ਵੀਰੇ ਵਪਾਰ ਦਾ ਕੰਮ? ਵਧੀਆ ਜੀ ਵਧੀਆ, ਸੰਧੂ ਸਾਹਿਬ ਵਧੀਆ ਚੱਲ ਰਿਹਾ, ਮਾਲ ਥੋੜਾ ਜਿਹਾ ਘੱਟ ਮਿਲਦਾ। ਅੱਛਾ, ਬਾਹਰੋਂ ਘੱਟ ਮਿਲਦਾ? ਹਾਂਜੀ ਹਾਂਜੀ, ਵੇਚਣਾ ਥੋੜਾ ਸੌਖਾ ਹੈ? ਸੌਖਾ ਜੀ, ਠੀਕ ਹੈ ਜੀ। ਹਾਂਜੀ, ਤੇ ਪਸ਼ੂ ਮਹੀਨਾ ਵੀ ਥੋੜਾ ਚੰਗਾ ਤੁਰ ਫਿਰ ਕੇ ਲੈਣਾ ਵੀ ਔਖਾ ਹੈ? ਹਾਂਜੀ ਹਾਂਜੀ ਹਾਂਜੀ। ਤੇ ਦੀਪੇ, ਅੱਜ ਜਿਹੜੇ ਆਪਾਂ ਚਾਰ ਪਸ਼ੂ ਦਿਖਾਉਣੇ ਆ, ਜਿੱਦਾਂ ਕਿ ਆਪਾਂ ਡਿਟੇਲ ਸਾਂਝੀ ਕਰਤੀ ਵੀ ਦੋ ਆਪਣੇ ਕੋਲ ਜਿਹੜੇ ਬਿਲਕੁਲ ਸੱਜਰ ਸੋਨੇ ਆ, ਇੱਕ ਵਹਿੜ ਤੇ ਇੱਕ ਮੱਝ। ਹਾਂਜੀ, ਤੇ ਇੱਕ ਉੱਚੇ ਬੱਚੇ ਦੇ ਵਿੱਚ ਨੀਲੀ ਦੀ ਮੱਝ। ਉੱਚੇ ਬੱਚੇ ਜੇ ਮੈਂ ਨੀਲੀ ਦੀ ਤੇ ਇੱਕ ਤੋਕੜ ਆਪਣੇ ਤੋਂ ਗਾਈ ਹੈ ਜੀ, ਇੱਕ ਤੋਕੜ ਗਾਂ ਹੈ। ਹਾਂਜੀ, ਠੀਕ ਆ ਜੀ। ਸੋ ਦੋਸਤੋ, ਇਹ ਚੌਂ ਨਗਾਂ ਦੀ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ, ਵੀਡੀਓ ਨਾਲ ਜੁੜੇ ਰਹੋ ਐਂਡ ਤੱਕ, ਠੀਕ ਆ ਜੀ। ਸ਼ੁਰੂਆਤ ਆਪਾਂ ਕਰਾਂਗੇ ਇੱਕ ਨੀਲੀ ਦੀ ਮੱਝ ਤੋਂ, ਆਜੋ ਕਰਦੇ ਆਂ ਗੱਲਬਾਤ। ਤੇ ਅੱਜ ਤਰੀਕ ਦੋਸਤੋ ਇੱਕ ਤੁਸੀਂ ਨੋਟ ਕਰ ਲਓ, ਅੱਜ 22 ਜੂਨ ਆ ਤੇ ਸਮਾਂ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਸ਼ਾਮ ਦਾ ਹੈ, ਕੋਈ 5 ਵਜੇ ਦਾ, ਠੀਕ ਆ ਜੀ। ਤੇ ਪਹਿਲੇ ਨੰਬਰ ਤੋਂ ਸ਼ੁਰੂਆਤ ਇਸੇ ਮੱਝ ਤੋਂ ਆਪਾਂ ਕਰ ਲਾਂਗੇ, ਠੀਕ ਆ ਜੀ। ਤੋੜ ਕੇ ਤੁਹਾਨੂੰ ਇੱਕ ਵਾਰੀ ਤਸੱਲੀ ਨਾਲ ਦਿਖਾ ਦਿੰਦੇ ਹਾਂ। ਸੋ ਨੀਲੀ ਦੀ ਮੱਝ ਆ, ਵਾਈਟ ਫੇਸ ਦੇ ਵਿੱਚ। ਆਹ ਲਓ ਜੀ, ਅੱਛਾ ਦੀਪੇ ਵੀਰ, ਸੂਆ ਕਿੰਨਵਾਂ ਸੂਈ ਹੈ? ਸੰਧੂ ਸਾਹਿਬ ਜੀ, ਤੀਜੇ ਸੂਏ ਸੂਈ ਆ। ਹਾਂਜੀ, 7 ਕਿਲੋ ਦੁੱਧ ਆ। ਅੱਛਾ ਜੀ, ਜਿਹੜਾ ਇਧਰਲਾ ਬਹਿਣੀ ਵਾਲਾ ਥਾਣਾ ਗਲਾ ਇਹਦਾ, ਹਾਂਜੀ, ਉਹ ਚ ਧਾਰਾਂ ਘੱਟ, ਅੱਧਾ ਥਣ ਲਾ ਕੇ ਕੋਈ 20 ਸੌਦਾ ਕਰੇ, ਅੱਧਾ ਕ ਮੰਨ ਕੇ ਚੱਲੇ। ਹਾਂਜੀ ਹਾਂਜੀ, ਲਓ ਵੀ ਆਹ ਕੱਟੀ ਓ ਮਗਰ ਨੀਲੀ। ਹਾਂਜੀ, ਲਓ ਦੱਸੋ, ਮਗਰ ਕੱਟੀ ਆ ਤੇ ਨੀਲੀ ਦੀ ਮੱਝ ਆ। ਬਾਕੀ ਅਗਲੇ ਥਣ ਦੇ ਵਿੱਚੋਂ ਤੁਹਾਨੂੰ ਨੋਟ ਕਰਾਤਾ, ਇੱਕ ਬਹਿਣੀ ਵਾਲਾ ਜਿਹੜਾ ਅਗਲਾ ਥਣ ਉਹਦੇ ਚ ਜੇਕਰ ਆਪਾਂ ਕੰਪੇਅਰ ਕਰੀਏ ਉਲਟ ਬਹਿਣੀ ਵਾਲੀ ਸਾਈਡ ਅਗਲੇ ਥਣ ਦੇ ਨਾਲ, ਤੇ ਅੱਧੋ ਅੱਧ ਥਣ ਦਾ ਜਿਹੜਾ ਫਰਕ ਹੈਗਾ, ਠੀਕ ਆ ਜੀ। ਤੇ 7 ਕਿਲੋ ਦੁੱਧ ਤੇ ਹੁਣ ਚੱਲ ਰਹੀ ਆ ਮਗਰ ਕੱਟੀ ਆ, ਮਿਲਦੀ ਦੋਵੇਂ ਟਾਈਮ ਬੱਚੇ ਤੇ? ਦੋਵੇਂ ਟਾਈਮ ਜੀ, ਠੀਕ ਹੈ ਜੀ। ਹਾਂਜੀ, ਲਓ ਦੱਸੋ, ਮਿਲਦੀ ਦੋਨੋਂ ਟੰਗ ਬੱਚੇ ਤੇ ਆ। ਬਾਕੀ ਆਹ ਫੇਸ ਕੁਆਲਿਟੀ ਮੈਂ ਹੋਰ ਵੀ ਇੱਕ ਵਾਰੀ ਤੁਹਾਨੂੰ ਤਸੱਲੀ ਨਾਲ ਦਿਖਾ ਦੇਣਾ, ਦੇਖੋ ਠੀਕ ਹੈ। ਆਹ ਫੇਸ ਕੁਆਲਿਟੀ ਆ, ਅੱਖ ਬਿੱਲੀ ਮਣਕੀ, ਵਾਈਟ ਫੇਸ ਆ, ਮੂੰਹ ਸਾਰਾ ਚਿੱਟਾ, ਠੀਕ ਹੈ ਜੀ। ਆਹ ਦੇਖੋ, ਬਾਕੀ ਚੋਣ ਜਾਣ ਦੀ ਪੋਲੀ ਬਹੁਤ ਜ਼ਿਆਦਾ ਸੰਧੂ ਸਾਹਿਬ, ਪੋਲੀ ਬਸ ਇਹੋ ਹੀ ਜਿਹੜੀ ਮਾੜੀ ਜੀ ਬੱਜ ਲੱਗੀ ਮੈਂ ਨੂੰ, ਠੀਕ ਹੈ ਜੀ। ਹਾਂਜੀ, ਲਓ ਵੀ ਦੱਸੋ, ਠੀਕ ਹੈ ਜੀ। ਬਾਕੀ ਇੱਕੋ ਇੱਕ ਜਿਹੜੀ ਗੱਲ ਆ ਤੁਹਾਨੂੰ ਨੋਟ ਕਰਾਤੀ ਆ ਵੀ ਅਗਲੇ ਥਣ ਦੇ ਵਿੱਚੋਂ ਧਾਰਾਂ ਘੱਟ ਨੇ, ਠੀਕ ਹੈ ਜੀ। ਅੱਧਾ ਥਣ ਤੁਸੀਂ ਮੰਨ ਕੇ ਬੇਸ਼ੱਕ ਤਸੱਲੀ ਕਰ ਲਿਓ, ਠੀਕ ਹੈ ਜੀ। ਆ ਲਓ ਜੀ, ਕੱਟੀ ਵੀ ਮਗਰ ਪਿਓਰ ਨੀਲੀ ਦੀ ਆ। ਹਾਂ, ਮਗਰ ਕੱਟੀ ਆ, ਠੀਕ ਹੈ ਜੀ। ਕੱਟੀ ਮਾਰਕਿੰਗ ਦੇ ਵਿੱਚ ਵੇਖੋ, ਬਿਲਕੁਲ ਜਿੱਦਾਂ ਥੋੜੀ ਜਿਹੀ ਮਦਰ ਇਹਦੀ ਦੇ ਵਿੱਚ ਥੋੜੀ ਜਿਹੀ ਓਵਰ ਵਾਈਟਨੈਸ ਆ, ਪਰ ਕੱਟੀ ਦੇ ਵਿੱਚ ਬਿਲਕੁਲ ਮਾਰਕਿੰਗ ਬਿਲਕੁਲ ਜਾਇਜ਼ ਆ। ਬਿੱਲੀ ਅੱਖ, ਬੱਗੀ ਨਾਸ, ਮੱਥੇ ਬਲ, ਠੀਕ ਹੈ ਜੀ। ਆਹ ਦੇਖੋ ਜੀ, ਠੀਕ ਆ, ਬਹੁਤ ਪਿਆਰੀ ਤੇ ਚੰਗੀ ਮੱਝ ਆ। ਤੇ ਦੀਪੇ, ਸੂਆ ਤੁਸੀਂ ਦੱਸਿਆ ਵੀ ਦੂਜਾ ਕਿ ਤੀਜਾ? ਤੀਜਾ ਜੀ, ਤੀਜਾ ਹੁਣ ਜਿਹੜਾ। ਹਾਂਜੀ, ਗਰੰਟਡ ਤੀਜਾ। ਅੱਗੇ ਬਣੀ ਥਣੀ ਤੇ ਨਹੀਂ? ਨਹੀਂ ਨਹੀਂ ਬਣੀ ਨਹੀਂ ਹਲੇ ਜੀ। ਠੀਕ ਹੈ, ਲਿਆਓ ਥੋੜਾ ਜਿਹਾ ਤੋਰ ਗਿਆ ਵੀਰ। ਆਹ ਦੇਖੋ ਜੀ,
ਹਾਂਜੀ ਲਓ ਦੋਸਤੋ, ਚੰਗੀ ਕੁਆਲਿਟੀ ਦੀ ਮੱਝ ਵੀਰ ਹੁਣਾਂ ਦੇ ਕੋਲ ਵਿਕਾਊ ਆ ਅਤੇ ਉੱਚੇ ਬੱਚੇ ਦੇ ਵਿੱਚ, ਠੀਕ ਆ ਜੀ। 7 ਕਿਲੋ ਦੁੱਧ ਇਸ ਵਕਤ ਇਹਦੇ ਥੱਲੇ ਹਾਜ਼ਰ, ਮਗਰ ਕੱਟੀ ਫੀਮੇਲ ਕਾਫ ਥਣਾ ਦੀ, ਇੱਕ ਵਾਰੀ ਤੁਹਾਨੂੰ ਥੋੜ੍ਹੀ ਆਪਾਂ ਨੇੜਿਓਂ ਦਿਖਾ ਦਈਏ। ਆ ਲਓ ਜੀ, ਆ ਜੋ ਇੱਕ ਬਹਿਣੀ ਬਾਈ ਦਾ ਥਣ ਕੱਟ। ਹਾਂਜੀ, ਇੱਕ ਬਹਿਣੀ ਬਾਈ ਦਾ ਅਗਲਾ ਥਣ, ਅੱਧਾ ਥਣ ਹੈਗਾ ਜੀ। ਠੀਕ ਹੈ ਜੀ, ਹਾਂਜੀ। ਦੀਪੇ ਕੀ ਮੰਗ ਕਰਦਾ ਵੀਰ? ਸੰਧੂ ਸਾਹਿਬ ਜੀ, ਮੁੱਲ ਆਪਾਂ ਬਿਲਕੁਲ ਜਾਇਜ਼, ਹਾਂ, ਮੁੱਲ 55,000 ਤੇ 50,000 ਦੀ ਦੇ ਦੇਣੀ ਹੈ ਜੀ। 50,000 ਦੀ? ਹਾਂਜੀ, ਵੀ ਹਾਂ ਨਾ ਜੀ। ਹਾਂਜੀ, ਬਾਕੀ ਕਰ ਦਾਂਗੇ ਮਾਨ ਤੁਹਾਨੂੰ ਸਭ ਉਹਦਾ। ਠੀਕ ਹੈ ਜੀ, ਹਾਂਜੀ। ਲਓ ਦੋਸਤੋ, 55,000 ਡਿਮਾਂਡ ਤੇ 50,000 ਦੀ ਜਿਹੜੀ ਹਾਂ ਨਾ ਤੁਹਾਨੂੰ ਮਿਲ ਜੂਗੀ। ਹਾਂਜੀ, ਵਿੱਚੋਂ ਛੋੜ ਜਾ ਭਾਅ ਜੂਗਾ, ਮਾਨ ਤੁਹਾਨੂੰ ਜੂਗਾ। ਹਾਂਜੀ ਹਾਂਜੀ, ਬਾਕੀ ਮੱਝ ਚੰਗੀ ਆ, ਠੀਕ ਆ, ਮੱਝ ਚੰਗੀ ਆ ਤੇ 7 ਕਿਲੋ ਇਸ ਵਕਤ ਦੁੱਧ ਤੇ ਦੀਪੇ ਜਿਹੜਾ ਬਿਲਕੁਲ ਚਵਾਈ ਤਸੱਲੀ ਕਰਵਾ ਦਿੰਦਾ। 7 ਕਿਲੋ? 7 ਕਿਲੋ ਜੀ। 7 ਤਾਂ ਇਹ ਤਾਂ ਨਹੀਂ ਹੁੰਦਾ ਵੀ ਕੋਈ 6.5 ਜਾਂ 6 ਜਾਂ ਮਤਲਬ ਜੀ 5 ਜਾਂ 7 ਕਿਲੋ ਪੂਰਾ ਤੋਲ ਕੇ ਦੇਵਾਂਗੇ ਜੀ। ਠੀਕ ਹੈ ਜੀ, ਹਾਂਜੀ, ਆਪਾਂ 2 ਟਾਈਮ ਚੋਲੀ ਸੰਧੂ ਸਾਹਿਬ ਘਰੇ। ਠੀਕ ਹੈ ਜੀ, ਹਾਂਜੀ। ਲੈ ਵੀ ਸੈਕਿੰਡ ਨੰਬਰ ਤੇ ਦੀਪੇ ਬਾਈ, ਆਹ ਜਿਹੜੀ ਆਪਣੇ ਕੋਲ ਖੜੀ ਆ, ਆਹ ਮੱਝ, ਆਹ ਮੱਝ ਹੀ ਆ ਕਿ ਮੱਝਾਂ 'ਚ ਆ ਕੇ ਝੋਟੀ ਆ? ਝੋਟੀ ਸੰਧੂ ਸਾਹਿਬ, ਦੂਜਾ ਸੂਆ ਏ। ਦੂਜਾ ਸੂਆ ਸੋਹਣਾ ਕੇ? ਹਾਂਜੀ। ਦਿਨ ਕਿੰਨੇ ਕੁ ਲੈਂਦੀ ਆ? 6 ਤਰੀਕ ਨੂੰ ਦਿਨ ਪੂਰੇ, 14 ਦਿਨ ਰਹਿ ਗਏ ਜਦੋਂ ਲਿਖਤੀ ਰੂਪ 'ਚ। ਇਹ 6 ਜੁਲਾਈ ਨੂੰ? ਹਾਂਜੀ, ਹਾਂ, ਆਪਣੇ ਕੋਲ ਤਰੀਕ ਲਿਖੀ ਪਈ ਆ, ਸਾਰਾ ਕੁਝ ਲਿਆਂਦਾ ਉਹਨਾਂ ਨੇ ਘਰੋਂ। ਹਾਂਜੀ, ਵੀ 6 ਜੁਲਾਈ ਨੂੰ ਦਿਨ ਪੂਰੇ ਆ? ਹਾਂਜੀ, ਠੀਕ ਆ। ਤਕਰੀਬਨ ਅੱਜ 10-14-15 ਦਿਨ ਪਏ ਆ? ਹਾਂ, 14 ਦਿਨ ਪੂਰੇ ਜੀ। ਅੱਜ 22 ਤਰੀਕ ਹੋ ਗਈ ਆ, 8 ਦਿਨ ਇਹ ਆ। ਹਾਂਜੀ, ਤੇ 4 ਦਿਨ, 12-13 ਦਿਨ। ਹਾਂਜੀ ਹਾਂਜੀ, 14 ਦਿਨ ਲਾਓ ਤੁਸੀਂ। ਅੱਛਾ ਅੱਛਾ, ਲਓ ਦੱਸੋ, ਵੈਸੇ ਐਸਟੀਮੇਟ ਤੁਸੀਂ 2 ਹਫ਼ਤਿਆਂ ਦਾ ਮੰਨ ਲਿਓ, ਠੀਕ ਆ ਜੀ, ਤੇ 15-14 ਦਿਨਾਂ ਦਾ ਐਸਟੀਮੇਟ ਮੰਨ ਕੇ ਤੁਸੀਂ ਸੌਦਾ ਕਰ ਲਿਓ। ਇੱਕ ਵਾਰੀ ਪੂਰਾ ਬਾਡੀ ਸਟਰਕਚਰ ਆਪਾਂ ਤੁਹਾਨੂੰ ਇਸ ਝੋਟੀ ਦਾ ਦਿਖਾ ਦਿੰਦੇ ਹਾਂ। ਹਾਈਟ ਕੱਦ ਪੂਰਾ ਵੱਡਾ, ਵੱਡੇ ਹਾਈਟ ਕੱਦ ਵਿੱਚ ਆ। ਫੇਸ ਕੁਆਲਿਟੀ ਆ, ਤੁਸੀਂ ਵੇਖ ਕੇ ਚੈੱਕ ਕਰ ਲਓ, ਠੀਕ ਹੈ ਜੀ। ਪੂਰੀ ਵੱਡੀ ਝੋਟੀ ਸੰਧੂ ਸਾਹਿਬ, ਲਓ ਜੀ, ਠੀਕ ਹੈ ਜੀ। ਸੋ ਕੱਦ ਭਰਾਵੋ ਪੂਰਾ ਵੱਡਾ ਆ ਤੇ ਚੌੜਾ ਪਿੱਠ ਪੂਰਾ, ਠੀਕ ਆ ਜੀ, ਸੋਹਣੇ ਕੱਦ ਕੱਟ ਦੇ ਵਿੱਚ ਆ। ਇਹ ਗੱਲ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਗਏ ਮੇਰਾ ਵੀਰ, ਬੇਸ਼ੱਕ ਵੇਖਣ ਆਇਓ ਤੇ ਧਿਆਨ ਦੇ ਵਿੱਚ ਰੱਖ ਗਿਆ ਵੀ ਸੋਹਣੇ ਵੱਡੇ ਸਰੀਰਕ ਢਾਂਚੇ ਦੀ ਆ, ਵੀ ਫੁੱਲ ਵੱਡੇ ਕੱਦ ਕੱਟਦੀ ਹੈ ਵਿੱਚ, ਬਾਕੀ ਪਲੀ ਪਲੋਸੀ ਵੇਖੋ ਜਿਵੇਂ ਇੱਕ ਮਾਲੀਆਂ ਦਾ ਭੁਲੇਖਾ ਪੈਂਦਾ, ਠੀਕ ਆ। ਬਾਕੀ ਵਜਨ ਵਜੂਦ ਵਾਲੇ ਪਾਸਿਓਂ ਦੋਸਤੋ ਕੋਈ ਸ਼ੱਕ ਨਹੀਂ ਗਾ, ਵਜਨ ਵਜੂਦ ਇਸ ਮੱਝ ਦਾ ਪੂਰਾ, ਠੀਕ ਆ। ਤੇ ਆਹ ਦੇਖੋ ਜੀ, ਠੀਕ ਆ, ਥੋੜ੍ਹਾ ਜਿਹਾ ਪਸ਼ੂ ਕਈ ਨਾ ਘਰੋਂ ਬਾਹਰ ਪਹਿਲੀ ਵਾਰੀ ਨਿਕਲਦਾ ਤੇ ਥੋੜ੍ਹਾ ਜਿਹਾ ਪਸ਼ੂ ਡਰਦਾ ਜ਼ਰੂਰ ਆ ਉੱਪਰ। 1-10 1-5 ਦੀ ਦੇ ਦਈਏ? 1-5 ਦੀ ਹੋਰ ਕਰ ਦਈਏ ਫਿਰ ਛੋਟ ਜਿਹਾ, ਆਪਾਂ ਪੂਰੇ 1 ਲੱਖ ਦੀ ਦੇ ਦਈਏ ਪੂਰੇ ਦੀ? ਹਾਂਜੀ, ਉਹ ਦੋਸਤੋ ਪੂਰੇ 1 ਲੱਖ ਦੀ ਬਾਈ ਦੀ ਪਾਉਂਦਾ ਵੀ ਇਹ ਦੇ ਦਾਂਗੇ, ਠੀਕ ਆ ਜੀ। ਸੋ ਪੂਰੇ ਵਜਨ ਵਜੂਦ ਵਾਲੀ ਆ, ਫੁੱਲ ਵੱਡੀ ਹਾਈਟ ਲੈਂਥ, ਠੀਕ ਆ ਜੀ, ਸੋਹਣੇ ਕੱਦ ਕੱਟ ਦੇ ਵਿੱਚ, ਬਿਲਕੁਲ ਚੌੜਾ ਪਿੱਠ ਪੂੜਾ। ਸੋ ਫੁੱਲ ਵੱਡੀ ਝੋਟੀ ਮੰਨ ਕੇ ਮੇਰਾ ਵੀਰ ਕੋਈ ਸੌਦਾ ਕਰ ਲਿਓ। ਦੋਸਤੋ, ਤੀਸਰੇ ਨੰਬਰ ਤੇ ਇੱਕ ਹੋਰ ਵੈੜ ਜਿਹੜੀ ਵੀਰ ਦੇ ਕੋਲੇ ਆ, ਇਹਦੀ ਆਪਾਂ ਡਿਟੇਲ ਲੈ ਲੈਂਦੇ ਹਾਂ। ਇਹ ਵੀ ਸੱਜਰ ਸੂਣ ਵਾਲੀ ਆ? ਹਾਂਜੀ ਹਾਂਜੀ, ਇਹ ਵੀ ਸੰਧੂ ਸਾਹਿਬ ਸੂਣ ਵਾਲੀ। ਤੇ ਦੇਣ ਇਹਦੇ ਕਿੰਨੇ ਕੁ ਪੇਂਡਿੰਗ ਆ? ਦੇਣ ਸੰਧੂ ਸਾਹਿਬ ਇਹ 5 ਲੈ ਜੇ, 10 ਲੈ ਜੇ। ਅੱਛਾ ਜੀ, ਹਾਂ, 7-8 ਦਿਨ ਹੀ ਖੜਦੀ ਪਹਿਲੀ ਗੱਲ ਆ। ਵੀ ਹਫ਼ਤਾ ਕੁ ਮੰਨ ਕੇ ਕੋਈ ਸੌਦਾ ਕਰ ਲੇ? ਹਾਂਜੀ ਹਾਂਜੀ। ਸੂਆ ਕਿੰਨਵਾ? ਦੂਜਾ ਜੀ। ਦੂਸਰੇ ਸੂਏ? ਹਾਂਜੀ, ਪਹਿਲੇ ਸੂਏ ਵਛੀ 12 ਕਿਲੋ ਦੁੱਧ ਚਵਾਇਆ ਤੋਂ ਚਵਾਇਆ। ਹਾਂਜੀ, ਲਓ ਦੋਸਤੋ, ਪਹਿਲਣ ਨੇ 12 ਕੁ ਕਿਲੋ ਦੁੱਧ ਚਵਾਇਆ, ਠੀਕ ਆ ਜੀ। ਦੂਜਾ ਸੂਆ ਹਫ਼ਤੇ ਕੁ ਦੀ ਹਜੇ ਕੱਚੀ ਆ, ਹਫ਼ਤਾ ਕੁ ਸਮਾਂ ਲੈਂਦੀ ਆ, ਠੀਕ ਆ ਜੀ, ਨੋਰਮਲੀ। ਤੇ ਇੱਕ ਵਾਰੀ ਤੁਹਾਨੂੰ ਇੱਕ ਵਾਰੀ ਹੱਥ ਆਉਣ ਲੇਵਾ ਤੁਸੀਂ ਵੇਖ ਲਓ, ਠੀਕ ਆ ਜੀ। ਆਹ ਦੇਖੋ, ਸੋ ਤਿੱਪਣ ਤੁੱਪਣ ਕਿਵੇਂ ਵੀਰ? ਬਹੁਤ ਜ਼ਿਆਦਾ ਸੰਧੂ ਸਾਹਿਬ। ਠੀਕ ਹੈ ਜੀ, ਹਾਂਜੀ, ਲਓ ਦੋਸਤੋ, ਠੀਕ ਆ। ਸੋ ਤਿੱਪਣ ਤੁੱਪਣ ਵੀਰਾਂ ਦਾ ਵੀ 1 ਨੰਬਰ ਆ, ਤੇ ਪਰ ਫਿਰ ਵੀ ਕੋਈ ਭਰਾ ਆਪਦੀ ਤਸੱਲੀ ਕਰਨੀ ਚਾਹੁੰਦਾ, ਬੇਧੜਕ ਤੁਸੀਂ ਆਣ ਕੇ ਆਪਣੀ ਤਸੱਲੀ ਕਰ ਲਿਓ।
ਚੰਗੀ ਆ ਬੈਡ, ਇੱਕ ਰੰਗ ਆ, ਬਾਕੀ ਸਿੰਘ ਸੁੰਘ ਦੇ ਹੈਗੇ ਆ, ਠੀਕ ਹੈ ਜੀ, ਨੋਰਮਲ ਬਾਕੀ ਮਾਰਦੀ ਮੂਰਦੀ ਨਹੀਂ ਆ। ਹਾਂ ਤੇ ਸਿੰਘ ਹੈਗੇ ਆ, ਕੋਈ ਵੀਰੇ ਨਾ ਕੇ ਕੱਲ ਨੂੰ ਇੱਥੇ ਆਣ ਕੇ ਵੀਰੇ ਸਿੰਘ ਆ, ਵੀ ਸਿੰਘ ਹੈਗੇ ਪਰ ਮਾਰਦੀ ਮੂਰਦੀ ਨਹੀਂ ਗੀ। ਤੇ ਵੈਸੇ ਤੋਰ ਕੇ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਇੱਕ ਵਾਰੀ ਤੋਰ ਕੇ ਦਿਖਾ ਦਿੰਦੇ ਹਾਂ, ਲੰਬਾ ਲਿਆਓ ਜੀ। ਲਓ ਵੀ ਦੋਸਤੋ, ਠੀਕ ਆ ਜੀ, ਸੋ ਤਿਆਰੀ ਵਾਲੀ ਆ ਦੋਸਤੋ, ਕਰੋਸ ਅੰਗ ਦੇ ਵਿੱਚ ਆ, ਠੀਕ ਆ ਜੀ। ਸੋ ਕਰੋਸ ਅੰਗ ਦੇ ਵਿੱਚ, ਸੋ ਥਣ ਪੂਰਾ ਹੱਥੀ ਚਵਾਈ ਲਾ, ਮੁੱਠੀ ਥਣ, ਬਾਕੀ ਪਲੀ ਪਲੀ ਜਿਹੜੀ ਸੰਧ ਸਾਹਿਬ ਆਦੂ ਪਲੀ ਗੁਲੀ ਪੂਰੀ ਹੈ, ਗੁਲਾਈ ਦੇ ਵਿੱਚ ਹੀ ਆ ਪੂਰੀ। ਹਾਂਜੀ ਆ ਲਓ ਦੋਸਤੋ, ਠੀਕ ਹੈ ਜੀ, ਸੋ ਜਿੰਨੀ ਵੀ ਆ ਦੋਸਤੋ, ਵਜਨ ਮੌਜੂਦ ਵਾਲੀ ਆ, ਗਰਮ ਵਾਲੀ ਪਲੀ ਸਭੀ ਚੰਗੀ ਆ, ਹਾਈਟ ਮੀਡੀਅਮ ਦੇ ਵਿੱਚ ਆ, ਠੀਕ ਹੈ ਜੀ। ਬਾਕੀ ਤੋਰਾ ਤੋਰਾ ਤੁਸੀਂ ਇਹ ਵੇਖ ਸਕਦੇ ਜੀ, ਨੋਕ ਵਾਲਾ ਥਣ ਬਿਲਕੁਲ ਮੁੱਠੀ ਥਣ, ਹੱਥੀ ਜਵਾਈ ਵਾਲਾ ਥਣ, ਸੋ ਲਾਹੇ ਚੰਗਾ ਪਈ ਆ। ਬਾਕੀ ਤੁਸੀਂ ਆਈਡੀਆ ਮੰਨ ਲਓ ਵੀ ਕੋਈ 7-8 ਦਿਨਾਂ ਦੇ ਵਿੱਚ ਪੂਰੀ ਬਣ ਕੇ ਤਿਆਰ ਹੋ ਜੂਗੀ, ਠੀਕ ਹੈ। ਹਾਂਜੀ ਭੈਣ ਨੂੰ ਮਾੜਾ ਕਰਕੇ ਵੀਰੇ ਰੋਕ ਲਿਆ ਜੀ, ਇੱਕ ਵਾਰੀ ਥਣ ਦਿਖਾ ਦੇਈਏ ਚੰਗੀ ਤਰ੍ਹਾਂ। ਤੋਰ ਲਓ, ਤੋਰ ਲਈਏ ਜੀ, ਠੀਕ ਆ। ਦੀਪੇ ਕੀ ਡਿਮਾਂਡ ਕਰਦੇ ਆ ਜੀ ਫਿਰ? ਇਹਦਾ ਸੰਧੂ ਸਾਹਿਬ ਮੁੱਲ 40,000। ਹਾਂਜੀ 35 ਦੀ ਦੇ ਦਈਏ। 35 ਦੀ? ਹਾਂਜੀ। ਹਾਣ ਵਾਲੀ ਗੱਲਬਾਤ ਹੀ ਹੋਰ ਛੱਡ ਦਿੰਦੇ ਯਾਰ, 34 ਦੀ ਹੈ, 34 ਦੀ ਲਓ ਵੀ, 34,000 ਦੀ ਦੋਸਤੋ ਇਹ ਬੈਠ ਤੁਹਾਨੂੰ ਮਿਲ ਜੂਗੀ, ਠੀਕ ਆ। ਤੇ ਤਿਆਰੀ ਵਾਲੀ ਆ, ਜ਼ਿਆਦਾ ਦਿਨ ਨਹੀਂ, ਵੈਸੇ 6-7 ਦਿਨ ਕਰਮ ਵਾਲੀ ਲੈ ਕੇ ਜਾਊਗੀ ਸਾਰੇ, ਠੀਕ ਆ, ਦਿਨੋ ਦਿਨ ਬਣਦੀ ਆਉਂਦੀ ਆ, ਠੀਕ ਆ। ਰੰਗ ਰੁੰਗ ਇੱਕ ਆ ਬਿਲਕੁਲ ਬਲੈਕ ਰੰਗ ਦੇ ਵਿੱਚ, ਹਵਾਨੇ ਲੇਵੇ ਤੇ ਕੁਝ ਜਿਹੜੇ ਵਾਈਟ ਸਪੋਟ ਹੈਗੇ ਆ, ਆ ਦੇਖੋ ਠੀਕ ਆ। ਦੀਪੇ ਇੱਕ ਆਪਣੇ ਕੋਲ ਜਿਹੜਾ ਲਾਸਟ ਵਿੱਚ ਇਹ ਨਾ ਖੜਾ, ਇਹ ਸੰਧੂ ਸਾਹਿਬ ਤੋਕੜੇ ਦੀ ਵਿੱਚੀ ਆ, ਤੋਕੜੇ, ਹਾਂਜੀ, 2 ਮਹੀਨੇ ਦੀ ਸੂਈ ਆ, ਬਾਕੀ ਬਹੁਤ ਜ਼ਿਆਦਾ ਠੰਡੀ ਸੀਲ ਚਵਾਈ ਗਈ, ਬੜੀ ਲੱਗੀ ਇਹਨੂੰ, ਬੰਬੀ ਆ ਇਹ, ਸਮਾਂ 2 ਕੀ ਹੋਇਆ ਇਹਨੂੰ? ਹਾਂਜੀ 2 ਤੇ ਦੁੱਧ 7 ਕਿਲੋ ਆਪਣੇ ਤੋਂ ਅੱਜ ਹੀ ਆਈ ਆ, ਠੀਕ ਆ ਜੀ, ਠੀਕ ਆ ਜੀ, ਜੇ ਕੋਈ ਮੇਰਾ ਵੀ ਸੰਭ ਵਗੈਰਾ ਦੁੱਧ 10 ਕਿਲੋ ਦਈ ਜਾਊਗੀ ਆਰਾਮ ਨਾਲ ਹੀ, ਬਾਕੀ ਠੰਡੀ ਸੀਲ ਬੜੀ, ਕੋਈ ਵੰਗਾ ਨਹੀਂ, ਕੋਈ ਛੰਗਾ ਨਹੀਂ ਪਾਈ ਦਾ। ਲਓ ਦੋਸਤੋ, ਕੋਈ ਨਿਆਣਾ ਨਿਊਣਾ ਜਾਂ ਰਸੀ ਪਾਉਣ ਦੀ ਲੋੜ ਨਹੀਂ, ਠੀਕ ਆ। ਆ ਹਵਾਨਾ ਲੇਵਾ ਤੁਸੀਂ ਵੇਖ ਲਓ, ਦੇਖੋ ਆ, ਦੇਖੋ ਜੀ ਸਿਆਣੇ ਥਾਣਾ, ਆ ਦੇਖੋ ਕੁਛ ਨਹੀਂ ਪਾਉਣ ਦੀ ਲੋੜ, ਠੀਕ ਹੈ ਜੀ, ਆ ਲਾ, ਹਾਂਜੀ 7 ਕਿਲੋ ਦੁੱਧ, ਹਾਂਜੀ ਲਓ ਵੀ 7 ਕਿਲੋ ਦੁੱਧ ਆ ਦੋਸਤੋ ਇਸ ਵੈੜ ਦੇ ਥੱਲੇ। ਸੋ ਤੋਕੜ ਵੈੜ ਆ, ਤੇ ਤੋਕੜ ਦਾ ਤੁਸੀਂ ਸੌਦਾ ਕਰ ਸਕਦੇ ਜੀ, ਰੇਟ ਬਿਲਕੁਲ ਜੈਨੂਨ ਤੇ ਜਾਇਜ਼ ਰਹੂਗਾ, 7 ਕਿਲੋ ਦੁੱਧ ਤੇ ਇਹ ਵੈੜ ਹੁਣ ਚੱਲ ਰਹੀ ਆ। ਅੱਗੇ ਕੋਈ ਬਣੀ ਬੁਣੀ ਤੇ ਨਹੀਂ ਕਿਸੇ? ਨਹੀਂ ਨਹੀਂ ਬਣੀ ਨਹੀਂ ਹਲੇ, ਠੀਕ ਹੈ, ਹਾਂਜੀ
ਲੋਕ ਦੋਸਤੋ ਠੀਕ ਹੈ ਜੀ। ਸੋ ਦੂਜਾ ਸੂਆ ਦੋਸਤੋ ਇਹ ਸੂਈ ਤੋਕੜ ਬੈਡ ਪਕਾਊ, ਬਾਕੀ ਪੂਰੀ ਡਿਟੇਲ ਤੁਹਾਨੂੰ ਮਿਲ ਹੀ ਗਈ ਆ, 7 ਕਿਲੋ ਦੁੱਧ ਇਸ ਵਕਤ। ਬਾਕੀ ਪੂਰੀ ਜਵਾਈ ਦੀ ਗੱਲ ਕਰੀਏ ਅਗਲੇ ਪਿਛਲੇ ਸਮੇਂ ਦੀ ਬਰਾਬਰ 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 ਜੀ ਜੀ ਚ ਹੈਗਾ ਪੁੱਛ ਲੈ ਸੰਧੂ ਸਾਹਿਬ ਦੱਸਤਾ। ਹਾਂਜੀ ਹਾਂਜੀ ਹਾਂ ਮੋੜ ਦੋ ਭਾਈ। ਠੀਕ ਆ ਤੇ ਦੀਪੇ ਦੀ ਡਿਮਾਂਡ ਕੀਮਾ ਕਰਦੇ ਆ ਸੰਧੂ ਸਾਹਿਬ? ਮੁੱਲ 20,000 ਆ, 16 ਨਹੀਂ ਦੇ ਦਈਏ? 16 ਦੀ ਦੇ ਦਿਓ, ਹੋਰ ਵੀ ਹੁੰਦਾ ਹੋਰ ਵੀ ਲਾ ਦਈਏ ਥੱਲੇ। 15 ਦੀ ਦੇ ਦਈਏ ਜੀ। ਹੈ 15 ਦੀ? 15 ਦੀ ਹੋਰ ਕੋਈ ਮਾਨ ਤਾਂ ਕਰ ਦਾਂਗੇ 5-400 ਰੁਪਏ ਛੋੜ ਹੋਰ ਕਰ ਦੋਗੇ? ਹਾਂਜੀ ਚਲੋ ਕਰਦੇ ਆ ਜੀ। ਹਾਂਜੀ ਲਓ ਜੀ 15 ਦੀ ਬੜੀ ਚੰਗੀ ਆ। ਹਾਂ ਦੂਜਾ ਸੂਆ ਗਰੰਡਰ ਤੇ 15,000 ਦੇ ਵਿੱਚੋਂ 5-400 ਮਾਨ ਤਾਂ ਹੋ ਜਾਊਗਾ। ਦੇਖੋ ਇੱਕ ਰੰਗ ਕਾਲੀ ਠੀਕ ਆ ਜੀ, ਪਸੰਦ ਵੀ ਨਾ ਉਸੇ ਵਾਲੀ। ਹੂੰ ਸੋ ਚੋਣ ਜਾਣ ਚੰਗੀ ਹੈ, ਬਾਕੀ ਪਸਮਾ ਹੋ ਗਿਆ ਠੀਕ ਹੈ ਜੀ, ਜਿਹੜਾ ਹੱਥ ਉੱਤੇ ਲਾਉਣ ਤੋਂ ਬਾਅਦ ਵੇਖੋ ਤੁਸੀਂ ਠੀਕ ਹੈ। ਤੇ ਕੋਈ ਵੀਰ ਆਪਣੀ ਚੋਗੇ ਦੋ ਟਾਈਮ ਤਸੱਲੀ ਕਰ ਸਕਦਾ। 7 ਕਿਲੋ ਇਸ ਵਕਤ ਇਹਦੇ ਥੱਲੇ ਜਿਹੜਾ ਬਿਲਕੁਲ ਹਾਜ਼ਰ ਦੁੱਧ 7 ਕਿਲੋ। ਤੇ ਦੀਪੇ ਇਹ ਅੱਜ ਆਪਣੇ ਕੋਲ 4 ਨਾਗ ਸੀ ਵੀਰ। ਹਾਂਜੀ ਹਾਂਜੀ ਤੇ ਇੱਕ ਨੰਬਰ ਆਪਣੇ ਕਰ ਦਈਏ ਸਾਂਝੇ, 62-838-91 87-288-41-43। ਠੀਕ ਹੈ ਜੀ। ਹਾਂਜੀ ਲਓ ਦੋਸਤੋ ਇਹ ਸਨ ਮੇਰੇ ਨਾਲ ਵੀਰ ਦੀਪਾ, ਪਿੰਡ ਡਾਲੇਗੇ ਤੁਸੀਂ ਵਿਜਿਟ ਕਰਨੀ ਆ ਦੋਸਤੋ। ਸੋ ਮੱਝਾਂ ਵੀ ਤੁਹਾਨੂੰ ਦਿਖਾਤੀਆਂ ਨੇ ਆਪਾਂ 2 ਇਸ ਕਿੱਲੇ ਦੇ ਉੱਪਰੋਂ ਠੀਕ ਹੈ ਜੀ, 2 ਬੈੜਾਂ ਸੀਗੀਆਂ। ਸੋ ਐਨੀਮਲ ਜਿਹੜਾ ਵੀ ਪਸੰਦ ਆਇਆ ਦੋਸਤੋ, ਪਸ਼ੂ ਜਿਹੜਾ ਵੀ ਪਸੰਦ ਆਇਆ ਤੁਹਾਨੂੰ, ਘਰੇ ਆਣ ਕੇ ਤੁਸੀਂ ਤਸੱਲੀ ਕਰ ਲਿਓ 2 ਟਾਈਮ ਚੋਗੇ ਠੀਕ ਹੈ ਜੀ। ਤੇ ਜਿਹੜਾ ਪਸ਼ੂ ਗੱਭਣ ਕੋ ਵੀਰ ਲੈ ਕੇ ਜਾਂਦਾ ਚੌਂ ਥਾਂ ਦੇ ਤਿੱਪ ਕੇ ਭਰਾ ਕੇ ਆਪਣੀ ਤਸੱਲੀ ਆ ਜ਼ਰੂਰ ਕਰਿਆ ਕਰੋ ਠੀਕ ਹੈ ਜੀ, ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕਿੰਤੂ ਪਰੰਤੂ ਦਾ ਸਾਹਮਣਾ ਤੁਹਾਨੂੰ ਨਾ ਕਰਨਾ ਪਵੇ। ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।